ਨਮਸਕਾਰ ਮੈਂ ਹਾਂ ਤੁਹਾਡੇ ਨਾਲ ਕੀਰਤੀ अरोड़ा ਪੰਜਾਬ ਦੇ ਅੰਮ੍ਰਿਤਸਰ ਦੇ ਦਿਲ ਵਿੱਚ ਸਥਿਤ ਗੋਲਡਨ ਟੈਂਪਲ ਜਿਸ ਨੂੰ ਸ੍ਰੀ ਹਰਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਕਿਹਾ ਜਾਂਦਾ ਹੈ ਸਿੱਖ ਧਰਮ ਦਾ ਪ੍ਰਮੁੱਖ ਅਧਿਆਤਮਿਕ ਸਥਾਨ ਹੈ ਗੋਲਡਨ ਟੈਂਪਲ ਨਿਰਵਿਵਾਦਿਤ ਤੌਰ ਤੇ ਦੁਨੀਆ ਦੇ ਸਭ ਤੋਂ ਸ਼ਾਨਦਾਰ ਆਕਰਸ਼ਣਾਂ ਵਿੱਚੋਂ ਇੱਕ ਹੈ ਇਸ ਗੁਰਦੁਆਰੇ ਦਾ ਭਾਰੀ ਹਿੱਸਾ ਸੋਨੇ ਦਾ ਬਣਿਆ ਹੋਇਆ ਹੈ ਇਸ ਲਈ ਇਸ ਨੂੰ ਸਵਰਨ ਮੰਦਿਰ ਵੀ ਕਿਹਾ ਜਾਂਦਾ ਹੈ ਇਸ ਦੀ ਨੀ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਰੱਖੀ ਸੀ ਤਸਦੀ ਇਹ ਹਰਮੰਦਰ ਸਾਹਿਬ ਲਈ ਜ਼ਮੀਨ ਮੁਗਲ ਬਾਦਸ਼ਾਹ ਅਕਬਰ ਦੁਆਰਾ দান ਕੀਤੀ ਗਈ ਸੀ ਜਿਸ ਦਾ ਨਿਰਮਾਣ 1574 ਵਿੱਚ ਸ਼ੁਰੂ ਹੋਇਆ ਸੀ ਨੀ ਪੱਥਰ ਦੀ ਦੇਖਰੇਖ ਚੌਥੇ ਅਤੇ ਪੰਜਵੇਂ ਗੁਰੂਆਂ ਦੁਆਰਾ ਕੀਤੀ ਗਈ 1604 ਵਿੱਚ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਨੇ ਹਰਮੰਦਰ ਸਾਹਿਬ ਵਿੱਚ ਆਦ ਗ੍ਰੰਥ ਦੀ ਇੱਕ ਕਾਪੀ ਰੱਖੀ ਮੁਗਲ ਅਤੇ ਹਮਲਾਵਰ ਅਫਗਾਨ ਫੌਜਾਂ ਦੁਆਰਾ ਕਈ ਵਾਰ ਤਬਾਹ ਕਰਨ ਤੋਂ ਬਾਅਦ ਗੁਰਦੁਆਰੇ ਨੂੰ ਸਿੱਖਾਂ ਦੁਆਰਾ ਦੁਬਾਰਾ ਬਣਾਇਆ ਗਿਆ ਸਿੱਖ ਅਜਾਇਬ ਘਰ ਮੁੱਖ ਪ੍ਰਵੇਸ਼ ਦੁਆਰ ਕਲਕ ਟਾਵਰ ਦੇ ਅੰਦਰ ਸਥਿਤ ਹੈ ਜੋ 1984 ਦੇ ਮੁਗਲਾ ਅੰਗਰੇਜ਼ਾਂ ਅਤੇ ਭਾਰਤ ਸਰਕਾਰ ਦੇ ਹੱਥੋਂ ਸਿੱਖਾਂ ਦੁਆਰਾ ਸਹਿਣ ਕੀਤੇ ਗਏ ਜ਼ੁਲਮ ਨੂੰ ਦਰਸਾਉਂਦਾ ਹੈ ਜਿਕਰ ਯੋਗ ਹੈ ਕਿ 1984 ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਹਰਮੰਦਰ ਸਾਹਿਬ ਦੇ ਅੰਦਰ ਲੁਕੇ ਹਥਿਆਰਬੰਦ ਸਿੱਖਾਂ ਖੜਕੂਆਂ ਦੇ ਹਮਲਾ ਕਰਨ ਦਾ ਹੁਕਮ ਦਿੱਤਾ ਸੀ ਜਿਸ ਵਿੱਚ 1000 ਤੋਂ ਵੱਧ ਸੈਨਿਕ ਅਤੇ ਨਾਗਰਿਕਾਂ ਦੀ ਮੌਤ ਹੋ ਗਈ ਨਾਲ ਹੀ ਗੁਰਦੁਆਰਾ ਸਾਹਿਬ ਨੂੰ ਬਹੁਤ ਨੁਕਸਾਨ ਹੋਇਆ ਅਤੇ ਅਕਾਲ ਤਖਤ ਨੂੰ ਤਬਾਹ ਕਰ ਦਿੱਤਾ ਗਿਆ। ਗੁਰਦੁਆਰਾ ਕੰਪਲੈਕਸ 1984 ਦੇ ਨੁਕਸਾਨ ਤੋਂ ਬਾਅਦ ਦੁਬਾਰਾ ਬਣਾਇਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਮੰਦਿਰ ਕਾਫੀ ਹੱਦ ਤੱਕ ਬਣਾਇਆ ਗਿਆ ਹੈ। ਪਰ ਇਹ ਘਟਨਾ ਸਥਾਨਕ ਲੋਕਾਂ ਦੀ ਯਾਦ ਵਿੱਚ ਹੱਲੇ ਵੀਤਾ ਜਾ ਹੈ। ਲਗਭਗ 400 ਸਾਲ ਪੁਰਾਣੇ ਇਸ ਗੁਰਦੁਆਰੇ ਦਾ ਨਕਸ਼ਾ ਗੁਰੂ ਅਰਜਨ ਦੇਵ ਜੀ ਨੇ ਖੁਦ ਤਿਆਰ ਕੀਤਾ ਸੀ। ਇਹ ਗੁਰਦੁਆਰਾ ਸ਼ਿਲਪਕਾਰੀ ਦੀ ਸੁੰਦਰਤਾ ਦਾ ਵਿਲੱਖਣ ਮਿਸਾਲ ਹੈ। ਇਸ ਦੀ ਨਕਾਸ਼ੀ ਅਤੇ ਬਾਰੀ ਸੁੰਦਰਤਾ ਇਸ ਨੂੰ ਦੇਖ ਕੇ ਪੰਚਾਂਦੀ ਹੈ ਗੁਰਦੁਆਰੇ ਦੇ ਚਾਰੇ ਪਾਸੇ ਦਰਵਾਜ਼ੇ ਹਨ ਜੋ ਚਾਰੇ ਦਿਸ਼ਾਵਾਂ ਵਿੱਚ ਖੁੱਲਦੇ ਹਨ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਵੱਡੇ ਅਤੇ ਕਈ ਛੋਟੇ ਤਿਰਥ ਸਥਾਨ ਨੇ ਮੰਦਰ ਦੇ ਵਿੱਚ ਬਣੀ ਸਰੋਵਰ ਨੂੰ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਅਤੇ ਅੰਮ੍ਰਿਤ ਛੀਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਾਰਾ ਹਰਮੰਦਰ ਸਾਹਿਬ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ ਅਤੇ ਇਸ ਦੀਆਂ ਕੰਦਾਂ ਸੋਨੇ ਦੀਆਂ ਪਤੀਆਂ ਨਾਲ ਉਕਤੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹਰ ਰੋਜ਼ ਸਵੇਰੇ ਮੰਦਿਰ ਕੰਪਲੈਕਸ ਦੇ ਅੰਦਰ ਰੱਖਿਆ ਜਾਂਦਾ ਹੈ ਅਤੇ ਰਾਤ ਖਾਲਸਾ ਕੌਮ ਦੇ ਅਸਥਾਈ ਸਥਾਨ ਅਕਾਲ ਤਖਤ ਵਿਖੇ ਵਾਪਸ ਲਿਆਇਆ ਜਾਂਦਾ ਹੈ ਇਹ ਸਥਾਨ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਦੁਆਰਾ ਸਥਾਪਿਤ ਕੀਤਾ ਗਿਆ ਜੋ ਕਿ ਆਪਣੇ ਰਸਮੀ ਅਧਿਆਤਮਿਕ ਅਤੇ ਧਰਮ ਨਿਰਪੱਖ ਮਸਲਿਆਂ ਲਈ ਜਾਣਿਆ ਜਾਂਦਾ ਸੀ ਬੁੱਧ ਨੇ ਇਸ ਸਥਾਨ ਨੂੰ ਚਿੰਤਨ ਵਿੱਚ ਸਮਾ ਬਤਾਇਆ ਹੈ ਬੋਧ ਦੇ ਸਮੇਂ ਤੋਂ 1000 ਸਾਲ ਬਾਅਦ ਗੁਰੂ ਨਾਨਕ ਸ਼ਾਂਤ ਝੀਲ ਦੇ ਕੋਲ ਰਹਿਣ ਅਤੇ ਸਿਮਰਨ ਕਰਨ ਲਈ ਆਇਸੀ ਮੁੱਖ ਕੰਟਾਕਰ ਦਿਉਰੀ ਦੀ ਪਹਿਲੀ ਮੰਜ਼ਿਲ ਤੇ ਸਿੱਖ ਅਜਾਇਬ ਘਰ ਹੈ ਜੋ ਗੁਰੂਆਂ ਦੇ ਨਾਲ-ਨਾਲ ਸ਼ਹੀਦਾਂ ਦੀਆਂ ਵੱਖ-ਵੱਖ ਪੇਂਟਿੰਗਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਅਜਾਇਬ ਘਰ ਵਿੱਚ ਰੱਖੀਆਂ ਤਲਵਾਰਾਂ ਕਰਤਾਰ ਕੰਘੀ ਚੱਕਰ ਵਰਗੀਆਂ ਵਸਤੂਆਂ ਸਿੱਖ ਇਤਿਹਾਸ ਨੂੰ ਪੂਰੀ ਸ਼ਾਨ ਨਾਲ ਦਰਸਾਉਂਦੀਆਂ ਨੇ ਮੰਦਿਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਵੀ ਹੈ ਜੋ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਲੋਕਾਂ ਨੂੰ ਮੁਫਤ ਲੰਗਰ ਭੋਜਨ ਪੇਸ਼ ਕਰਦੇ ਆਣੇ ਅਤੇ ਸਾਰੇ ਸਥਾਨਾਂ ਦੇ 1 ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। ਹਰ ਮੰਦਰ ਸਾਹਿਬ ਵਿੱਚ ਸਾਰਾ ਦਿਨ ਗੁਰਬਾਣੀ ਦੀਆਂ ਤੁਨੀਆਂ ਗੂੰਜਦੀਆਂ ਰਹਿੰਦੀਆਂ ਨੇ। ਜੇਕਰ ਤੁਸੀਂ ਵੀ ਹਰ ਮੰਦਰ ਸਾਹਿਬ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਦੱਸ ਦਈਏ ਕਿ ਹਰ ਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹ ਮੰਦਰ ਵਿੱਚ ਮੱਥਾ ਟੇਕਦਾ ਹੈ। ਫਿਰ ਪੈਰ ਤੋਕੇ ਮੁੱਖ ਮੰਦਰ ਦੀਆਂ ਪੌੜੀਆਂ ਚੜਦਾ ਹੈ। ਅੰਦਰਲੇ ਪਾਵਨ ਸਥਾਨ ਤੋਂ ਬਾਹਰ ਨਿਕਲਣ ਤੋਂ ਬਾਅਦ ਮੁਬਾਰਕ ਕੜਾ ਪ੍ਰਸ਼ਾਦ ਸ਼ਰਧਾਲੂਆਂ ਨੂੰ ਸੌਂਪਿਆ ਜਾਂਦਾ ਹੈ ਜੋ ਇਸ ਨੂੰ ਆਪਣੀਆਂ ਹਥੇਲੀਆਂ ਵਿੱਚ ਪ੍ਰਾਪਤ ਕਰਦੇ ਹਨ ਜੇਕਰ ਤੁਸੀਂ ਆਪਣੀ ਯਾਤਰਾ ਨੂੰ ਹੋਰ ਸਾਰਥਕ ਬਣਾਉਣਾ ਚਾਹੁੰਦੇ ਹੋ ਤਾਂ ਮੰਦਿਰ ਵਿੱਚ ਸੇਵਾ ਕਰਨ ਵਿੱਚ ਸ਼ਾਮਿਲ ਹੋ ਸਕਦੇ ਹੋ ਤੁਸੀਂ ਬਰਤਨ ધો ਸਕਦੇ ਹੋ ਸਬਜ਼ੀਆਂ ਛਿਲ ਸਕਦੇ ਹੋ ਚਪਾਤੀਆਂ ਬਣਾ ਸਕਦੇ ਹੋ ਭੋਜਨ ਪਰੋਸ ਸਕਦੇ ਹੋ ਜਾਂ ਫਰਸ਼ ਸਾਫ਼ ਕਰ ਸਕਦੇ ਹੋ ਮੰਦਰ ਦੇ ਦਰਸ਼ਨ ਦੇ ਨਾਲ-ਨਾਲ ਦੱਸ ਦਈਏ ਕਿ ਤੁਸੀਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਆਯੋਜਿਤ ਮੁਫਤ バス ਯਾਤਰਾ ਜੋ ਤੁਹਾਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਕਈ ਸਿੱਖ ਮੰਦਰਾਂ ਵਿੱਚ ਲੈ ਜਾਂਦੀ ਹੈ ਦਾ ਆਨੰਦ ਵੀ ਲੈ ਸਕਦੇ ਹੋ। ਬਸ ਹਰ ਰੋਜ਼ ਸਵੇਰੇ ਹੈਰੀਟੇਜ ਸਟਰੀਟ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੋਤ ਨੇੜੇ ਸਥਿਤ ਗੁਰਦੁਆਰਾ ਸਾਰਾ ਗੜੀ ਤੁਰਵਾਣਾ ਹੁੰਦੀ ਹੈ। ਦਿਲਚਸਪੀ ਰੱਖਣ ਵਾਲਿਆਂ ਨੂੰ ਬਸ ਉਸ ਦਿਨ ਸਵੇਰੇ ਕਮਿਊਨਿਟੀ ਰਸੋਈ ਦੇ ਪਿੱਛੇ ਛੋਟੇ ਦਫ਼ਤਰ ਵਿਖੇ ਆਪਣੇ ਨਾਮ ਦੇਣ ਦੀ ਲੋੜ ਹੈ। ਪੰਨੂ ਦਾਸ ਦੀ ਇਹ ਬੱਸ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਅਤੇ ਗੁਰਦੁਆਰਾ ਗੋਇੰਦਵਾਲ ਸਮੇਤ ਪੰਜ ਛੇ ਗੁਰੂਤਾਂ ਮਤੇ ਰੁਕਦੀ ਹੈ ਅਤੇ ਸ਼ਾਮ ਨੂੰ ਵਾਪਸ ਆਉਂਦੀ ਹੈ 골ਡਨ ਟੈਂਪਲ ਜਾਣ ਲਈ ਅੰਮ੍ਰਿਤਸਰ ਦਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਰਾਜਸਥਾਨੀ ਨੇੜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਅੰਮ੍ਰਿਤਸਰ ਹਵਾਈ ਅੱਡਾ ਤੋਂ ਲਗਭਗ 11 ਕਿਲੋਮੀਟਰ ਦੂਰ ਹੈ ਜਿਸ ਨੂੰ ਸੜਕ ਦੁਆਰਾ ਲਗਭਗ 20 ਮਿੰਟ ਵਿੱਚ ਕਵਰ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਸੜਕ ਅਤੇ ਰੇਲ ਆਵਾਜਾਈ ਦੇ ਇੱਕ ਚੰਗੇ ਨੈਟਵਰਕ ਰਾਹੀਂ ਜੁੜਿਆ ਹੋਇਆ ਹੈ ਕੁਝ ਰੇਲ ਗੱਡੀਆਂ ਹਨ ਜੋ ਕਿ ਅੰਮ੍ਰਿਤਸਰ ਵਿੱਚ ਰੁਕਦੀਆਂ ਨੇ ਦੱਸਦੀ ਹੈ ਕਿ ਅੰਮ੍ਰਿਤਸਰ ਆਉਣ ਵਾਲੇ ਕੁਝ ਟ੍ਰੇਨਾਂ ਸ਼ਤਾਬਦੀ ਚੰਚ ਸ਼ਤਾਬਦੀ ਅਤੇ ਗਰੀਬ ਰਥ ਐਕਸਪ੍ਰੈਸ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਹੋਰ ਵੀ ਯੂਨਿਕ ਵੀਡੀਓ ਲਈ ਦੇਖਦੇ ਰਹੋ ਟੀਵੀ 9 ਪੰਜਾਬ ਹਰਿਆਣਾ ਹਿਮਾਚਲ ਨਮਸਕਾਰ